ਆ ਟਰਮੀਨਲ ਮੇਨ ਟਰਮੀਨਲ ਥੋੜਾ ਘਟਾ ਦੇ ਉਹ ਥੋੜੀ ਘਟ ਬਸ ਠੀਕ ਹੈ ਦਿਸ ਇਜ਼ ਦਾ ਪਾਰਕਿੰਗ ਜਦੋਂ ਐਂਟਰੀ ਹੋਊਗੀ ਦਿਸ ਇਜ਼ ਦਾ ਮੇਨ ਟਰਮੀਨਲ ਬਿਲਡਿੰਗ ਦਿਸ ਇਜ਼ ਹਾਊ ਯੂ ਐਂਟਰ ਦਾ ਮੇਨ ਕੰਪਲੈਕਸ ਦਿਸ ਇਜ਼ ਦਾ ਏਅਰ ਜਿਵੇਂ ਏਅਰਪੋਰਟ ਹੈ ਇੰਟਰਨਲ ਵੈਨ ਯੂ ਐਂਟਰ ਵੇਟਿੰਗ ਲਾਊਂਜ ਦਿਸ ਇਜ਼ ਦਾ ਵੈਨ ਯੂ ਗੈਟ ਆਊਟ ਆਫ ਇਟ ਫਰੋਮ ਦਾ ਬੈਕ ਸਾਈਡ ਇੱਥੋਂ ਨਿਕਲ ਕੇ ਤੁਸੀਂ ਬਾਹਰ ਜਾਓਗੇ ਟੂ ਦੈਟ ਦਿਸ ਇਜ਼ ਸਿਕਿਉਰਿਟੀ ਕਲੀਅਰੈਂਸ ਐਂਡ ਪੈਸੰਜਰ ਜਿਹੜੇ ਐਂਟਰੀ ਜਿਹੜੇ ਹੈਗੇ ਕਾਊਂਟਰਸ ਇਮੀਗ੍ਰੇਸ਼ਨ ਕਾਊਂਟਰਸ ਦਿਸ ਇਜ਼ ਆਫਟਰ ਇਮੀਗ੍ਰੇਸ਼ਨ ਐਂਡ ਦੇ ਵੀ ਪ੍ਰੋਪਰ ਸਿੱਖ ਹਿਸਟਰੀ ਮਿਊਜ਼ੀਅਮ ਆ ਮਿਊਰਲ ਸਾਰੇ ਇੱਥੇ ਬਣ ਗਏ immigration people will come here ede baad they'll go like this walk out now we going to the main entry gate jithe pakistan di immigration hogi problem ki aa rahi hai government of india as per commitment government of india ne ta apna kaam complete kar dena par pakistan ਸਾਈਡ ਤੋਂ ਦੇ ਆਰ ਡਿਲੇਇੰਗ ਦਾ ਵਰਕ ਗਵਰਨਮੈਂਟ ਆਫ ਇੰਡੀਆ ਦਾ ਤਾਂ 31 ਅਕਤੂਬਰ ਤੱਕ 99% ਵੀ ਰੈਡੀ ਥੋੜ੍ਹਾ ਮੋਟਾ ਜੇ ਰਹਿ ਗਿਆ ਤਾਂ ਰਹਿ ਗਿਆ 100% ਰੈਡੀ ਪਾਕਿਸਤਾਨ ਤਾਂ ਮੈਨੂੰ ਲੱਗਦਾ ਹਲੇ 25-30% ਹੀ ਜਿਹੜਾ ਹੋਇਆ ਐਂਡ ਦੂਜੀ ਗੱਲ ਹੈ ਐਂ ਲੱਗਦਾ ਜਿਵੇਂ ਪਾਕਿਸਤਾਨ ਗਵਰਨਮੈਂਟ ਇਜ਼ ਟਰਾਈਂਗ ਟੂ ਬੈਕ ਟਰੈਕ from the commitment ਹੁਣ ਇੱਕ ਗੱਲ ਦੱਸੋ ਦਿਸ ਇਜ਼ ਪਾਕਿਸਤਾਨ ਗੁਰਦੁਆਰਾ ਸਾਹਿਬ ਹੈ ਆ ਰਾਵੀ ਦੀ ਆ ਦਿਸ ਇਜ਼ ਦ ਰਿਵਰ ਹੁਣ ਐਜ਼ ਪਰ ਅਗਰੀਮੈਂਟ ਵਿਦ ਪਾਕਿਸਤਾਨ ਆ ਇੱਥੇ ਬ੍ਰਿਜ ਹੋਣਾ ਚਾਹੀਦਾ ਸੀ ਇੰਡੀਅਨ ਸਾਈਡ ਨੇ ਤਾਂ ਆਪਣਾ ਬ੍ਰਿਜ ਬਣਾ ਲਿਆ ਸਾਰਾ ਨਾ ਉਹਦੇ ਅਸੀਂ ਕੌਜ਼ਵੇ ਬਣਾਵਾਂਗੇ ਇਕੱਲਾ ਟੂ ਸੇਵ ਮਨੀ ਐਂਡ ਕੌਜ਼ਵੇ ਦਾ ਮਤਲਬ ਹੈ ਇਟਸ ਨਾਟ ਆਲ ਵੈਦਰ ਜਦੋਂ ਬਰਸਾਤਾਂ ਆਇਆ ਕਰਨਗੀਆਂ ਨਦੀ ਜਾਊਗੀ ਪਾਣੀ ਉੱਤੋਂ ਟੱਪ ਜਾ ਕਰੂਗਾ ਤਾਂ ਯੂ ਕਾਂਟ ਗੋ ਦੇਰ ਸੋ ਦਿਸ ਇਜ਼ ਅਨਦਰ ਪੁਆਇੰਟ ਨਾਉ ਬਿਕੋਜ਼ ਵਿਚ ਇਜ਼ ਕਮਿੰਗ ਦੇ ਆਰ ਕ੍ਰੀਏਟਿੰਗ ਦਿਸ ਹਰਡਲ ਸੈਕਿੰਡ ਪਹਿਲੇ ਤਾਂ ਬੜਾ ਗਿਆ ਸੀ ਜੀ ਜੋ ਮਰਜ਼ੀ ਜਿੰਨੇ ਮਰਜ਼ੀ
ਇਮੀਗ੍ਰੇਸ਼ਨ ਅਸੀਂ ਫ੍ਰੀ ਕਰਾਂਗੇ, ਅਸੀਂ ਆਹ ਕਰਾਂਗੇ। ਹੁਣ ਉਹਨਾਂ ਨੇ ਕਿਹਾ ਇਕੱਲੇ 700 ਮੈਕਸੀਮਮ ਅਲਾਓ ਕਰਾਂਗੇ ਪਰ ਡੇ, ਨਾਟ ਮੋਰ ਦੈਨ 700। ਪਾਕਿਸਤਾਨ ਗਵਰਨਮੈਂਟ ਇਜ਼ ਸੇਇੰਗ ਦੈਟ ਨਾਟ ਮੋਰ ਦੈਨ 700, ਉਹ ਵੀ ਔਨ ਸਪੈਸ਼ਲ ਓਕੇਜ਼ਨਸ। ਹੁਣ ਐਡਾ ਵੱਡਾ ਤੁਸੀਂ ਗਵਰਨਮੈਂਟ ਆਫ ਇੰਡੀਆ ਨੇ ਟਰਮੀਨਲ ਬਣਾਇਆ ਹੈ, ਐਡੀ ਚੀਜ਼ਾਂ ਗਈਆਂ, ਉਦੋਂ ਤੋਂ ਗੱਲਾਂ ਬੜੀਆਂ ਹੋਈਆਂ ਸੀ, ਦੇ ਵਿਲ ਡੂ ਦਿਸ, ਦੇ ਵਿਲ ਡੂ ਦੈਟ, ਤੇ ਦਿਸ ਹੁਣ ਗਵਰਨਮੈਂਟ ਆਫ ਇੰਡੀਆ ਸੀ ਘੱਟ ਤੋਂ ਘੱਟ 5,000 ਤੱਕ ਕਰੋ ਜਾਂ 10,000 ਤੱਕ ਕਰੋ ਔਨ ਸਪੈਸ਼ਲ ਓਕੇਜ਼ਨਸ, ਸਪੈਸ਼ਲ 15,000-20,000 ਲੋਕ ਆਉਣ, ਪਰ ਦੇ ਆਰ ਸਟਕ ਔਨ 700। ਪਹਿਲੇ ਅਸੀਂ ਗੱਲ ਚੱਲੀ ਸੀ ਉਹਨਾਂ ਨਾਲ ਕਿ ਵੀਜ਼ਾ ਫ੍ਰੀ ਹੋਏ ਤੇ ਤੁਸੀਂ ਪਰਮਿਟ ਕੋਈ ਵੀਜ਼ਾ ਲੈਣ ਦੀ ਲੋੜ ਨਾ ਹੋਏ ਤੇ ਨੋ ਐਂਟਰੀ ਫੀ। ਹੁਣ ਦੇ ਆਰ ਸੇਇੰਗ ਵੀ ਨੀਡ ਵੀਜ਼ਾ ਪਲੱਸ ਐਂਟਰੀ ਫੀ, ਦੇ ਵਾਂਟ ਟੂ ਨੋ ਚਾਰਜ ਫੀਸ, ਕਿ ਜਿਵੇਂ ਕੋਈ ਪੈਸਾ ਕਮਾਉਣਾ ਹੁੰਦਾ ਕਿ ਦੇ ਵਾਂਟ ਟੂ ਚਾਰਜ ਆ ਫੀਸ ਫੋਰ ਪੈਸੇਂਜਰ। ਫਿਰ ਗਵਰਨਮੈਂਟ ਆਫ ਇੰਡੀਆ ਨੇ ਕਿਹਾ, ਪਹਿਲੇ ਉਹਨੇ ਕਿਹਾ ਇਕੱਲੇ ਸਿੱਖ ਜਾ ਸਕਦੇ ਹੈ ਪਾਕਿਸਤਾਨ ਵਾਸਤੇ, ਓਨਲੀ ਔਰ ਸਿੱਖ। ਫਿਰ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਜੀ ਕਿ ਗੁਰੂ ਨਾਨਕ ਨਾਮ ਲੇਵਾ ਤਾਂ ਬਹੁਤ ਹੈ, ਸਾਰੇ ਧਰਮਾਂ ਦੇ ਲੋਕ ਸਿੱਖ ਜਾਣਾ ਚਾਹੁੰਦੇ ਹੈ, ਸੋ ਦਿਸ ਇਜ਼ ਅਨਦਰ ਡਿਸਪਿਊਟ ਵਿਚ ਕਮਿੰਗ। ਫਿਰ ਕਹਿੰਦੇ ਜੀ ਤੁਸੀਂ ਆਪਣੇ NRIs ਬਹੁਤ ਹੈ, ਹੂ ਵਾਂਟ ਟੂ ਗੋ, ਕਹਿੰਦੇ NRI ਵੀ ਅਲਾਓ ਕਰਾਂਗੇ, ਇੰਡੀਅਨ ਸਿਟੀਜ਼ਨ ਹੋਣਾ ਚਾਹੀਦਾ, ਇੰਡੀਅਨ ਪਾਸਪੋਰਟ ਹੋਲਡਰ ਹੋਣਾ ਚਾਹੀਦਾ, ਐਂਡ ਸੋ ਦੀਜ਼ ਆਰ ਦਾ ਇਸ਼ੂਜ਼ ਨਾਓ ਦੇ ਸੋ ਦੀ ਨਾਓ ਦੇ ਆਰ ਟਰਾਇੰਗ ਟੂ ਪੁੱਟ ਔਨ ਦੀ ਸਮਾਲ 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 ਹਰਡਲਸ, ਵਿਚ ਇਜ਼ ਵੈਰੀ ਅਨਫੋਰਚੁਨੇਟ, ਕਿਉਂਕਿ ਜਿਸ ਤਰੀਕੇ ਨਾਲ ਸ਼ੁਰੂਆਤ ਆਪਣੇ ਜਿਹੜੇ ਕੋਰੀਡੋਰ ਦੀ ਸ਼ੁਰੂਆਤ ਹੋਈ ਜਿਸ ਤਰੀਕੇ ਨਾਲ, ਪਰ ਹੁਣ ਪਾਕਿਸਤਾਨ ਸਾਈਡ ਤੋਂ ਇਟ ਲੁਕਸ ਦੈਟ ਦੇ ਆਰ ਟਰਾਇੰਗ ਟੂ ਰਿਗਲ ਆਊਟ ਔਰ ਕ੍ਰੀਏਟ ਸੱਚ ਓਬਸਟੀਕਲਸ ਜਿਹਦੇ ਨਾਲ ਅੱਗੇ ਪ੍ਰੋਬਲਮਸ ਆਉਣ। ਸੋ ਆਈ ਈਵਨ ਰਿਕੁਐਸਟ ਦ ਪਾਕਿਸਤਾਨ ਗਵਰਨਮੈਂਟ ਆਲਸੋ ਦੈਟ ਦਿਸ ਇਜ਼ ਅ ਸੈਂਟੀਮੈਂਟਲ ਇਸ਼ੂ ਵਿਦ ਆਲ ਦ ਸਿੱਖ ਕਮਿਊਨਿਟੀ ਐਂਡ ਨੋਟ ਇਨ ਸਿੱਖ ਐਵਰੀ ਕਮਿਊਨਿਟੀ, ਗੁਰੂ ਨਾਨਕ ਨਾਮ ਲੇਵਾ ਦੇ ਜਿੰਨੇ ਵੀ ਲੋਕ ਜੁੜੇ ਹੈ, ਆਲ ਆਫ ਦੈਮ ਵਾਂਟ ਟੂ ਗੋ ਦੇਅਰ, ਬਟ ਇਟ ਵੈਰੀ ਅਨਫੋਰਚੁਨੇਟ ਦੈਟ ਦੇ ਆਰ ਗੋਇੰਗ, ਐਂਡ ਹੁਣ ਵੀ ਕਿਉਂਕਿ ਹਾਲੇ 4 ਮਹੀਨੇ ਰਹਿ ਗਏ, ਉਹਨਾਂ ਤਰਫੋਂ ਜੇ ਤੁਸੀਂ ਪ੍ਰੋਗਰੈਸ ਵੀ ਦੇਖੋ ਤਾਂ ਵੈਰੀ ਮਿਨੀਮਲ ਪ੍ਰੋਗਰੈਸ ਹੋਈ ਹੈ। ਸੋ ਦਿਸ ਟੂਡੇ ਵੀ ਵਾਂਟਡ ਟੂ ਸ਼ੋਅ ਯੂ ਦ ਹੋਲ ਪਲਾਨ, ਕਿਹੋ ਪਲਾਨ ਹੈ ਐਕਚੁਅਲ ਪਲਾਨ, ਐਂਡ ਦ ਸਪੀਡ ਐਟ ਵਿਚ ਦ ਗਵਰਨਮੈਂਟ ਇਜ਼ ਇੰਡੀਆ ਇਜ਼ ਵਰਕਿੰਗ, ਦ ਪ੍ਰਾਈਮ ਮਿਨਿਸਟਰ ਇਜ਼ ਵਰਕਿੰਗ ਐਂਡ ਹਿਸ ਟੀਮ ਇਜ਼ ਵਰਕਿੰਗ, ਐਂਡ ਓਬਸਟੀਕਲ ਜਿਹੜੀਆਂ ਰੁਕਾਵਟਾਂ ਪਾਕਿਸਤਾਨ ਸਰਕਾਰ ਪਾ ਰਹੀ ਹੈ ਉਹਦੇ ਸਾਰੀ ਜਾਣੂ ਤੁਹਾਨੂੰ ਕਰਾਉਣਾ ਚਾਹੁੰਦਾ ਸੀ, ਕਿਉਂਕਿ ਮੀਡੀਆ ਇਜ਼ ਅ ਮਾਊਥਪੀਸ ਆਫ ਦ ਪੀਪਲ।